ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube Farmer ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਗੱਲ ਕਰਾਂਗੇ 2022 ਸੀਜ਼ਨ ਅਪ੍ਰੈਲ ਕਣਕ ਦੇ ਬਾਰੇ ਕਿ ਕਣਕ ਦੇ ਛਰੀਦ ਦੇ ਸਬੰਧੀ ਨਵੀਂ ਸਰਕਾਰ ਨੇ ਕੀ ਕੀ ਪ੍ਰਬੰਧ ਕੀਤੇ ਨੇ ਤੇ ਕੀ ਐਲਾਨ ਤੇ ਦਿਸ਼ਾ ਨਿਰਦੇਸ਼ ਦਿੱਤੇ ਨੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਣਕ ਦੀ ਤਾਰੀਖ ਜੋ ਇਸ ਸਾਲ ਮਿੱਥੀ ਗਈ ਹੈ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਵੇਗੀ ਤੇ ਇਸ ਦੇ ਨਾਲ ਹੀ ਜੋ ਨਵੀਂ ਦੀ ਮਾਤਰਾ ਹੈ ਉਹ ਲਗਭਗ 12% ਮਿੱਥੀ ਗਈ ਹੈ ਕਿ ਜੋ ਮੌਇਸਚਰ ਹੈ ਉਹ 12% ਤੋਂ ਜ਼ਿਆਦਾ ਨਹੀਂ ਆਉਣਾ ਚਾਹੀਦਾ ਜੇਕਰ 12 ਤੋਂ ਜ਼ਿਆਦਾ ਮੌਇਸਚਰ ਆਉਂਦਾ ਹੈ ਤਾਂ ਉਹ ਫਸਲ ਮੰਡੀ ਦੇ ਵਿੱਚੋਂ ਚੁੱਕੀ ਨਹੀਂ ਜਾਵੇਗੀ। ਸੋ ਇਸ ਕਰਕੇ ਸੋ ਸਾਰੇ ਕਿਸਾਨ ਵੀਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮੰਡੀਆਂ ਦੇ ਵਿੱਚ ਜ਼ਿਆਦਾ ਸਮਾਂ ਕੱਟਣ ਨਾਲੋਂ ਫਸਲ ਨੂੰ ਖੇਤਾਂ ਦੇ ਵਿੱਚ ਸੁਕਾ ਕੇ ਵੰਡਿਆ ਜਾਵੇ ਤਾਂ ਜੋ ਕਿਸੇ ਵੀ ਸਮੇਂ ਦੀ ਕੋਈ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤਾਂ ਮੰਡੀ ਵਿੱਚ ਕਿਸਾਨਾਂ ਨੂੰ ਨਾ ਆਵੇ। ਤੇ ਇਸ ਦੇ ਨਾਲ ਹੀ ਸਬੰਧਤ ਡੀਸੀਆਂ ਨੂੰ ਹਰੇਕ ਜ਼ਿਲ੍ਹੇ ਦੇ ਵਿੱਚ ਇਹ ਆਦੇਸ਼ ਦਿੱਤੇ ਗਏ ਨੇ ਕਿ ਹਰੇਕ ਮੰਡੀਆਂ ਦੇ ਵਿੱਚ ਪੂਖਤਾ ਪ੍ਰਬੰਧ ਕੀਤੇ ਜਾਣ ਲੇਬਰ ਤੋਂ ਲੈ ਕੇ ਜੋ ਵਜ਼ਨ ਕੀਤਾ ਜਾਂਦਾ ਹੈ ਕੰਡੇ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤਾ ਜਾਵੇ ਉਹਨਾਂ ਦੇ ਵਿੱਚ ਪੂਰੀ ਸਹੀ ਹੋਣੀ ਚਾਹੀਦੀ ਹੈ ਉਹਨਾਂ ਦੀ ਗੁਣਵੱਤਾ ਜਿਹੜੀ ਕਣਕ ਦੇ ਮਾਪਣ ਦੀ ਕਿਉਂ ਉਸ ਦੇ ਵਿੱਚ ਹਿਰਾਫੇਰੀ ਵਾਲਾ ਜਿਹੜਾ ਪ੍ਰਬੰਧ ਆ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਨਹੀਂ ਚੱਲੇਗਾ ਜੇਕਰ ਜਿਹਾ ਕਿਸੇ ਮੰਡੀ ਵਿੱਚ ਪਾਇਆ ਜਾਂਦਾ ਹੈ ਤਾਂ ਸਬੰਧਤ ਮੰਡੀ ਦੇ ਅਧਿਕਾਰੀ ਤੇ ਨਾਲ ਆੜਤੀਆ ਦੇ ਪਰ ਬਣਦੀ ਕਾਰਵਾਈ ਕਰਨ ਦੇ ਆਦੇਸ਼ ਨੇ ਉਹ ਵੀ ਨਵੀਂ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਨਾਲ ਹੀ ਜੋ ਇਸ ਸਾਲ ਸਰਕਾਰੀ ਰੇਟ ਹੈ ਕਣਕ ਦਾ 2015 ਰੁਪਏ ਸ ਕੇਂਦਰ ਸਰਕਾਰ ਵੱਲੋਂ ਮਿੱਥਿਆ ਗਿਆ ਹੈ ਤਾਂ ਉਸ ਦੇ ਆਧਾਰਤ ਹੀ ਸਾਰੀ ਕਣਕ ਦੀ ਖਰੀਦ ਕੀਤੀ ਜਾਵੇਗੀ ਕਣਕ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਟ ਨਹੀਂ ਲੱਗੀ ਜਾਵੇਗੀ ਕਣਕ ਦੀ ਇਹ ਕਹਿ ਕੇ ਵੀ ਕਣਕ ਦੀ ਕੁਆਲਿਟੀ ਘਟ ਹੈ ਜਾਂ ਟੁੱਟਿਆ ਦਾਣਾ ਹੈ ਤਾਂ ਇਸ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕਹਿੰਦੀ ਆਪਾਂ ਵੀ ਬਹਾਨਾ ਲਾ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਟ ਨਹੀਂ ਕੀਤੀ ਜਾਵੇਗੀ ਜੇਕਰ ਕੋਈ ਅਜਿਹਾ ਹੁੰਦਾ ਹੈ ਤਾਂ ਉਹਨਾਂ ਅਧਿਕਾਰੀਆਂ ਦੇ ਵੀ ਬਣਦੀ ਕਾਰਵਾਈ ਕਰਨ ਦੇ ਆਦੇਸ਼ ਸਰਕਾਰ ਦੁਆਰਾ ਦਿੱਤੇ ਗਏ ਨੇ ਤੇ ਮੰਡੀਆਂ ਦੇ ਵਿੱਚੋਂ ਫਸਲ ਦੀ ਚੁਕਾਈ ਵੀ ਸਮੇਂ ਤੇ ਹੋਣਾ ਜਿਹੜਾ ਲਾਜ਼ਮੀ ਕਰਨ ਲਈ ਕਿਹਾ ਗਿਆ ਹੈ ਇਸ ਦੇ ਸਬੰਧਤ ਮੰਡੀ ਦੇ ਸਾਰੇ ਅਧਿਕਾਰੀਆਂ ਤੇ ਆੜਤੀ ਨੂੰ ਇਹ ਹਦੇਸ਼ ਦਿੱਤੇ ਗਏ ਨੇ ਕਿ ਨਾਲ ਦੀ ਨਾਲ ਮੰਡੀਆਂ ਦੇ ਵਿੱਚੋਂ ਚੁਕਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿੱਚ ਰੱਖਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਥਾਂ ਦੀ ਘਾਟ ਦੀ ਸਬੰਧਤ ਪਰੇਸ਼ਾਨੀ ਦਾ ਸਾਹਮਣਾ ਨਾ ਹੋਵੇ ਕਹਣ ਦਾ ਭਾਵ ਇਹ ਹੈ ਕਿ ਨਵੀਂ ਸਰਕਾਰ ਵੱਲੋਂ ਪੂਰੇ ਸਖਤ ਐਲਾਨ ਕਰਕੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਮੱਸਿਆ ਨਾ ਹੋਵੇ ਤੇ ਬਣਦੇ ਰੇਟ ਦੇ ਉੱਪਰ ਜੋ ਸਰਕਾਰੀ ਰੇਟ ਮਿੱਥਿਆ ਗਿਆ ਉਸ ਦੇ ਉੱਪਰ ਕਣਕ ਦੀ 100% ਸ਼ੁੱਧ ਤਰੀਕੇ ਨਾਲ ਖਰੀਦਦਾਰੀ ਕੀਤੀ ਜਾਵੇ